ਪੰਜਾਬ ਜੋਬ ਯੂਨੀਵਰਸਿਟੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਡੇਲੀ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲੇਟੈਸਟ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰੋ। ਅੱਜ ਡਿਸਕਸ਼ਨ ਕਰਾਂਗੇ ਪੰਜਾਬ ਜੀਕੇ ਦੇ ਮੋਸਟ ਇੰਪੋਰਟੈਂਟ 15 ਕੁਐਸਚਨਸ। ਅੱਜ ਦਾ ਪਹਿਲਾ ਕੁਐਸਚਨ ਹੈ, ਮੁਗਲ ਵੰਸ਼ ਦੇ ਸੰਸਥਾਪਕ ਕੌਣ ਸੀ? ਊੜਾ ਆਪਸ਼ਨ ਆਪਣਾ ਬਾਬਰ, ਏੜਾ ਹੁਮਾਯੂ, ਈੜੀ ਅਕਬਰ, ਸੱਸਾ ਜਹਾਂਗੀਰ। ਤਾਂ ਇਹ ਜਿਹੜੇ ਆਪਸ਼ਨ ਆ ਉਹ ਸੀਰੀਅਲ ਵਾਈਜ਼ ਦਿੱਤੇ ਹੋਏ ਹੈ। ਪਹਿਲਾ ਸੀਗਾ ਬਾਬਰ, ਉਹਦਾ ਬੇਟਾ ਹੁਮਾਯੂ, ਉਹਦਾ ਬੇਟਾ ਅਕਬਰ, ਉਹਦਾ ਬੇਟਾ ਜਹਾਂਗੀਰ। ਤਾਂ ਇਹਦਾ ਮਤਲਬ ਹੈ ਸਭ ਤੋਂ ਪਹਿਲਾਂ ਭਾਰਤ ਵਿੱਚ ਕੌਣ ਆਇਆ ਸੀ? ਬਾਬਰ ਆਇਆ ਸੀ। ਅਤੇ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਕਿ 1526 ਈਸਵੀ ਵਿੱਚ ਹੋਈ ਸੀ ਉਹ ਇਬਰਾਹਿਮ ਲੋਧੀ ਤੋਂ ਜਿੱਤ ਕੇ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀ। ਹੁਣ ਨੈਕਸਟ ਕੁਐਸਚਨ, ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਕਦੋਂ ਹਮਲਾ ਕੀਤਾ? ਤਾਂ ਊੜਾ 1526, ਏੜਾ 1556, ਈੜੀ 1762, ਸੱਸਾ 1764। ਤਾਂ ਇਹਦਾ ਸਹੀ ਆਂਸਰ ਹੈ 1762 ਈੜੀ। 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਸੀ। ਹੁਣ ਨੈਕਸਟ ਕੁਐਸਚਨ, ਛੋਟਾ ਘੱਲੂਘਾਰਾ ਦੀ ਘਟਨਾ ਕਦੋਂ ਹੋਈ ਸੀ? ਊੜਾ 1746, ਏੜਾ 1747, ਈੜੀ 1748, ਸੱਸਾ 1749 ਈਸਵੀ ਵਿੱਚ। ਤਾਂ ਇਹਦਾ ਸਹੀ ਆਂਸਰ ਹੈ ਊੜਾ 1746 ਈਸਵੀ ਵਿੱਚ। ਅਤੇ ਇਸ ਛੋਟੇ ਘੱਲੂਘਾਰੇ ਵਿੱਚ ਲਗਭਗ 7000 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ। ਹੁਣ ਨੈਕਸਟ ਕੁਐਸਚਨ, ਵੱਡਾ ਘੱਲੂਘਾਰਾ ਦੀ ਘਟਨਾ ਕਦੋਂ ਹੋਈ ਸੀ? ਊੜਾ ਹੈ 1526, ਏੜਾ ਹੈ 1556, ਈੜੀ ਹੈ 1762, ਸੱਸਾ ਹੈ 1764। ਤਾਂ ਇਹਦਾ ਸਹੀ ਆਂਸਰ ਹੈ ਈੜੀ 1762। ਅਤੇ ਵੱਡੇ ਘੱਲੂਘਾਰੇ ਦੀ ਘਟਨਾ ਵਿੱਚ ਲਗਭਗ 25 ਤੋਂ 30 ਹਜ਼ਾਰ ਸਿੱਖ ਸ਼ਹੀਦ ਹੋਏ ਸੀ। ਹੁਣ ਨੈਕਸਟ ਕੁਐਸਚਨ, ਛੋਟਾ ਘੱਲੂਘਾਰਾ ਦੀ ਘਟਨਾ ਕਿਹੜੇ ਸਥਾਨ 'ਤੇ ਹੋਈ ਸੀ? ਹੁਣ ਆਪਾਂ ਨੂੰ ਸਥਾਨ ਦੱਸਣਾ ਜਿੱਥੇ ਛੋਟਾ ਘੱਲੂਘਾਰਾ ਹੋਇਆ ਸੀ। ਤਾਂ ਊੜਾ ਆਪਸ਼ਨ ਨੰਦੇੜ, ਏੜਾ ਕਾਹਨੂਵਾਨ, ਈੜੀ ਕੂਪ, ਸੱਸਾ ਦਿਨਾ ਕਾਂਗੜ। ਤਾਂ ਇਹਦਾ ਸਹੀ ਆਂਸਰ ਹੈ ਕਾਹਨੂਵਾਨ, ਏੜਾ। ਨੈਕਸਟ ਕੁਐਸਚਨ, ਵੱਡਾ ਘੱਲੂਘਾਰਾ ਦੀ ਘਟਨਾ ਕਿਹੜੇ ਸਥਾਨ 'ਤੇ ਹੋਈ ਸੀ? ਊੜਾ ਨੰਦੇੜ, ਏੜਾ ਕਾਹਨੂਵਾਨ, ਈੜੀ ਕੂਪ, ਸੱਸਾ ਖਿਦਰਾਣਾ। ਤਾਂ ਇਹਦਾ ਸਹੀ ਆਂਸਰ ਹੈ ਈੜੀ ਕੂਪ। ਇਹ ਤੋਂ ਇਲਾਵਾ ਜਿਹੜੇ ਆਪਸ਼ਨ ਦਿੱਤੇ ਉਹਨਾਂ ਬਾਰੇ ਥੋੜ੍ਹਾ ਡਿਸਕਸ਼ਨ ਕਰ ਲੈਂਦੇ ਹਾਂ। ਜਿਵੇਂ ਕਿ ਨੰਦੇੜ, ਨੰਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸੀ। ਇਹ ਤੋਂ ਬਾਅਦ ਖਿਦਰਾਣੇ ਵਿਖੇ 40 ਮੁਕਤੇ ਸ਼ਹੀਦ ਹੋਏ ਸੀ, ਜਿਸ ਕਰਕੇ ਇਸ ਦਾ ਨਾਂ ਮੁਕਤਸਰ ਪਿਆ ਸੀ। ਪਹਿਲਾਂ ਇਹਦਾ ਨਾਂ, ਪੁਰਾਣਾ ਨਾਮ ਜੀ ਜੋ ਸੀ ਉਹ ਖਿਦਰਾਣਾ ਸੀ, ਹੁਣ ਮੁਕਤਸਰ ਹੈ। ਇਹ ਤੋਂ ਬਾਅਦ ਪੰਜਵੇਂ ਕੁਐਸਚਨ 'ਚ ਸੱਸਾ ਆਪਸ਼ਨ ਦਿਨਾ ਕਾਂਗੜ। ਦਿਨਾ ਕਾਂਗੜ ਉਹ ਥਾਂ ਸੀ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਪੱਤਰ ਲਿਖਿਆ ਸੀ। ਹੁਣ ਨੈਕਸਟ ਕੁਐਸਚਨ, ਛੋਟੇ ਘੱਲੂਘਾਰੇ ਵਿੱਚ ਸਿੱਖਾਂ ਨਾਲ ਕਿਸ ਦਾ ਯੁੱਧ ਹੋਇਆ ਸੀ? ਊੜਾ ਆਪਸ਼ਨ ਹੈ ਯਹੀਆ ਖਾਂ, ਏੜਾ ਦੀਵਾਨ ਲਖਪਤ ਰਾਏ, ਈੜੀ ਅਹਿਮਦ ਸ਼ਾਹ ਅਬਦਾਲੀ, ਅਤੇ ਸੱਸਾ ਊੜਾ ਅਤੇ ਏੜਾ ਦੋਵੇਂ। ਤਾਂ ਇਹਦਾ ਸਹੀ ਆਂਸਰ ਆਊਗਾ ਸੱਸਾ, ਊੜਾ ਅਤੇ ਏੜਾ ਦੋਵੇਂ, ਕਿਉਂਕਿ ਯਹੀਆ ਖਾਂ ਅਤੇ ਦੀਵਾਨ ਲਖਪਤ ਰਾਏ ਨੇ ਦੋਵਾਂ ਨੇ ਮਿਲ ਕੇ ਸਿੱਖਾਂ ਉੱਤੇ ਹਮਲਾ ਕੀਤਾ ਸੀ, ਜਿਹੜਾ ਕਿ ਕਾਹਨੂਵਾਨ ਵਿੱਚ ਸਥਿਤ ਹੈ। ਅੱਠਵਾਂ ਕੁਐਸਚਨ, ਵੱਡੇ ਘੱਲੂਘਾਰੇ ਵਿੱਚ ਸਿੱਖਾਂ ਨਾਲ ਕਿਸ ਦਾ ਯੁੱਧ ਹੋਇਆ ਸੀ? ਉਹੀ ਆਪਸ਼ਨ ਹੈ ਊੜਾ ਯਹੀਆ ਖਾਂ, ਏੜਾ ਦੀਵਾਨ ਲਖਪਤ ਰਾਏ, ਈੜੀ ਅਹਿਮਦ ਸ਼ਾਹ ਅਬਦਾਲੀ, ਸੱਸਾ ਊੜਾ ਅਤੇ ਏੜਾ ਦੋਵੇਂ। ਤਾਂ ਇਹਦਾ ਸਹੀ ਆਂਸਰ ਆਊਗਾ ਅਹਿਮਦ ਸ਼ਾਹ ਅਬਦਾਲੀ, ਈੜੀ। ਵੱਡੇ ਘੱਲੂਘਾਰੇ ਵਿੱਚ ਜਿਹੜਾ ਕਿ ਕੂਪ ਵਿੱਚ ਹੋਇਆ ਸੀ ਉਹ ਸਿੱਖਾਂ ਉੱਤੇ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਸੀ। ਹੁਣ ਨੈਕਸਟ ਕੁਐਸਚਨ, ਜਨਮ ਸਾਖੀਆਂ ਦਾ ਸੰਬੰਧ ਕਿਹੜੇ ਗੁਰੂ ਸਾਹਿਬ ਨਾਲ ਹੈ? ਤਾਂ ਊੜਾ ਗੁਰੂ ਨਾਨਕ ਦੇਵ ਜੀ, ਏੜਾ ਗੁਰੂ ਅੰਗਦ ਦੇਵ ਜੀ, ਈੜੀ ਗੁਰੂ ਅਮਰਦਾਸ ਜੀ, ਸੱਸਾ ਗੁਰੂ ਰਾਮਦਾਸ ਜੀ। ਤਾਂ ਇਹਦਾ ਸਹੀ ਆਂਸਰ ਹੈ ਊੜਾ, ਗੁਰੂ ਨਾਨਕ ਦੇਵ ਜੀ। ਜਨਮ ਸਾਖੀਆਂ ਦਾ ਜਿਹੜਾ ਸੰਬੰਧ ਹੈ ਉਹ ਗੁਰੂ ਨਾਨਕ ਦੇਵ ਜੀ ਨਾਲ ਹੈ, ਕਿਉਂਕਿ ਜਨਮ ਸਾਖੀਆਂ ਜਿਹੜੀ ਆ ਉਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਆਪਾਂ ਨੂੰ ਬਹੁਤ ਸਾਰੀ ਜਾਣਕਾਰੀ ਦਿੰਦੀ ਹੈ। ਨੈਕਸਟ, ਗਿਆਨ ਰਤਨਾਵਲੀ ਨਾਮਕ ਜਨਮ ਸਾਖੀ ਕਿਸ ਨੇ ਲਿਖੀ ਹੈ? ਊੜਾ ਭਾਈ ਮਿਹਰਬਾਨ, ਏੜਾ ਭਾਈ ਦਿਆਲਾ, ਈੜੀ ਭਾਈ ਮਨੀ ਸਿੰਘ, ਸੱਸਾ ਭਾਈ ਵੀਰ ਸਿੰਘ। ਤਾਂ ਇਹਦਾ ਸਹੀ ਆਂਸਰ ਹੈ ਈੜੀ, ਭਾਈ ਮਨੀ ਸਿੰਘ। ਜਿਹੜੀ ਗਿਆਨ ਰਤਨਾਵਲੀ ਨਾਮਕ ਜਨਮ ਸਾਖੀ ਹੈ ਉਹ ਭਾਈ ਮਨੀ ਸਿੰਘ ਨੇ ਲਿਖੀ ਹੈ। ਅਤੇ ਭਾਈ ਮਨੀ ਸਿੰਘ ਦੁਆਰਾ ਰਚਿਤ ਜਨਮ ਸਾਖੀ ਨੂੰ ਗਿਆਨ ਰਤਨਾਵਲੀ ਕਿਹਾ ਜਾਂਦਾ ਹੈ, ਯਾਨੀ ਕਿ ਜਿਹੜੀ ਭਾਈ ਮਨੀ ਸਿੰਘ ਨੇ ਜਨਮ ਸਾਖੀ ਲਿਖੀ ਹੈ ਉਹਨੂੰ ਗਿਆਨ ਰਤਨਾਵਲੀ ਕਿਹਾ ਜਾਂਦਾ ਹੈ, ਅਤੇ ਭਾਈ ਮਨੀ ਸਿੰਘ ਨੇ ਜਿਹੜੇ ਸਿੱਖਾਂ ਦੀ ਭਗਤਮਾਲਾ ਲਿਖੀ ਸੀ ਉਹਨੂੰ ਭਗਤ ਰਤਨਾਵਲੀ ਕਿਹਾ ਜਾਂਦਾ ਹੈ। ਤਾਂ ਇਹ ਵੀ ਧਿਆਨ ਰੱਖਣਾ ਹੈ ਕਿ ਸਿੱਖਾਂ ਦੀ ਭਗਤਮਾਲਾ ਜਿਹੜੀ ਲਿਖੀ ਹੈ ਉਹ ਭਾਈ ਮਨੀ ਸਿੰਘ ਨੇ ਲਿਖੀ ਹੈ ਅਤੇ ਉਹਨੂੰ ਭਗਤ ਰਤਨਾਵਲੀ ਕਿਹਾ ਜਾਂਦਾ ਹੈ। ਹੁਣ ਨੈਕਸਟ ਕੁਐਸਚਨ, ਹੁਕਮਨਾਮਾ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਜਿਹੜੇ ਗੁਰੂਆਂ ਨੇ ਹੁਕਮਨਾਮੇ ਲਿਖੇ ਸੀ ਉਹਦਾ ਅਰਥ ਦੱਸਣਾ ਹੈ। ਤਾਂ ਊੜਾ ਹੈ ਜਿੱਤ ਦਾ ਪੱਤਰ, ਏੜਾ ਹੈ ਆਦੇਸ਼ ਪੱਤਰ, ਈੜੀ ਹੈ ਆਦੇਸ਼ ਪਾਲਣਾ, ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਜਿਵੇਂ ਨਾਂ ਤੋਂ ਪਤਾ ਲੱਗ ਰਿਹਾ ਹੁਕਮ, ਤਾਂ ਇਹਦਾ ਸਹੀ ਆਂਸਰ ਆਊਗਾ ਏੜਾ ਆਦੇਸ਼ ਪੱਤਰ। ਹੁਣ ਨੈਕਸਟ, ਹੁਣ ਤੱਕ ਕਿੰਨੇ ਹੁਕਮਨਾਮੇ ਸੰਕਲਿਤ ਕੀਤੇ ਜਾ ਚੁੱਕੇ ਹਨ? ਊੜਾ 79, ਏੜਾ 89, ਈੜੀ 98,
ਸੱਸਾ 92, ਇਹਦਾ ਸਹੀ ਆਨਸਰ ਹੈ ਏੜਾ 89। ਹੁਣ ਤੱਕ ਜਿਹੜੇ ਹੈ ਉਹ 89 ਹੁਕਮਨਾਮੇ ਸੰਕਲਿਤ ਜਾਂ ਫਿਰ ਮਿਲ ਚੁੱਕੇ ਹਨ। ਹੁਣ ਨੈਕਸਟ ਕੁਐਸਚਨ, ਹੁਕਮਨਾਮਿਆਂ ਦਾ ਸੰਕਲਨ ਕਿਸ ਨੇ ਕੀਤਾ? ਊੜਾ ਡਾਕਟਰ ਗੰਡਾ ਸਿੰਘ ਨੇ, ਏੜਾ ਭਾਈ ਮਨੀ ਸਿੰਘ ਨੇ, ਈੜੀ ਭਾਈ ਗੁਰਦਾਸ ਨੇ, ਸੱਸਾ ਗਣੇਸ਼ ਦਾਸ ਨੇ। ਤਾਂ ਇਹਦਾ ਸਹੀ ਆਨਸਰ ਹੈ ਊੜਾ ਡਾਕਟਰ ਗੰਡਾ ਸਿੰਘ ਨੇ। ਇਹ ਤੋਂ ਬਾਅਦ ਨੈਕਸਟ ਕੁਐਸਚਨ, ਕਿਹੜੇ ਗੁਰੂ ਸਾਹਿਬਾਨ ਦੇ ਹੁਕਮਨਾਮੇ ਸਭ ਤੋਂ ਜ਼ਿਆਦਾ ਪ੍ਰਾਪਤ ਹੋਏ ਹਨ? ਊੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਏੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ, ਈੜੀ ਸ੍ਰੀ ਗੁਰੂ ਰਾਮਦਾਸ ਜੀ ਦੇ, ਸੱਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ। ਤਾਂ ਇਹਦਾ ਸਹੀ ਆਨਸਰ ਹੈ ਸੱਸਾ। ਜਿੰਨੇ ਵੀ ਹੁਕਮਨਾਮੇ ਹੁਣ ਤੱਕ ਮਿਲ ਚੁੱਕੇ ਜਾਂ ਸੰਕਲਿਤ ਕੀਤੇ ਜਾ ਚੁੱਕੇ ਹੈ, ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੋਏ ਹੁਕਮਨਾਮੇ ਮਿਲੇ ਹਨ। ਹੁਣ ਨੈਕਸਟ ਕੁਐਸਚਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਹੁਕਮਨਾਮੇ ਜਾਰੀ ਕੀਤੇ ਹਨ? ਹੁਣ ਸਭ ਤੋਂ ਜ਼ਿਆਦਾ ਹੁਣੇ ਪੜ੍ਹਿਆ ਆਪਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮੇ ਸਭ ਤੋਂ ਜ਼ਿਆਦਾ ਜਾਰੀ ਕੀਤੇ ਸਨ, ਅਤੇ ਉਹਨਾਂ ਦੀ ਸੰਖਿਆ ਦੱਸਣੀ ਹੈ। ਊੜਾ 23, ਈੜਾ 33, ਈੜੀ 34, ਸੱਸਾ 35। ਤਾਂ ਇਹਦਾ ਸਹੀ ਆਨਸਰ ਹੈ ਈੜੀ 34। ਅਤੇ ਇਹਦੇ ਨਾਲ ਹੀ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਹੁਕਮਨਾਮੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਲਿਖੇ ਹਨ, ਜਿਹੜੇ ਕਿ 23 ਹੁਕਮਨਾਮੇ ਹਨ। ਤਾਂ ਇਹ ਵੀ ਧਿਆਨ ਰੱਖਣਾ, ਯਾਨੀ ਕਿ ਦੂਜੇ ਨੰਬਰ ਤੋਂ ਸਭ ਤੋਂ ਜ਼ਿਆਦਾ ਹੁਕਮਨਾਮੇ ਗੁਰੂ ਤੇਗ ਬਹਾਦਰ ਜੀ ਨੇ ਲਿਖੇ ਹੈ, ਜਿਹੜੇ ਕਿ 23 ਹੈ। ਤਾਂ ਸਭ ਤੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਨੇ ਲਿਖੇ ਹੈ ਲਿਖੇ ਹੈ ਜਿਹੜੇ ਕਿ 34 ਹੈ। ਬਸ ਅੱਜ ਲਈ ਇੰਨਾ ਹੀ ਦੋਸਤੋ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ। ਧੰਨਵਾਦ।